ਹੈਲੋ, ਮੇਰਾ ਨਾਂ ਚੌਧਰੀ ਰਜਿੰਦਰ ਨਿੱਜਰ ਹੈਗਾ ਤੇ ਮੈਂ ਪੰਡੋਰੀ ਨਿੱਜਰਾਂ ਦਾ ਜੱਟ ਹੈਗਾ। ਮੈਂ ਹੁਣੇ ਸਿੱਖ ਗਲੋਬਲ ਸਿੱਖ ਫੋਰਮ ਅਟੈਂਡ ਕੀਤਾ ਹੈਗਾ ਤੇ ਦੇਖਿਆ ਉਹ ਸਾਰੇ ਉਹ ਨਾਨਕ ਨੂੰ ਗੁਰੂ ਕਹੀ ਜਾਂਦੇ ਨੇ ਤੇ ਉਹੀ ਜੋ ਕਿਤਾਬਾਂ 'ਚ ਲਿਖਿਆ ਉਹੀ ਪਟਾਕੀ ਜਾਂਦੇ ਨੇ। ਉਹਨਾਂ ਨੂੰ ਬਥੇਰਾ ਸਮਝਾਇਆ ਕਿ ਸਤਿਪੁਰਖ ਜਿਨ ਜਾਣਿਆ ਸਤਿਗੁਰੂ ਤਿਸ ਕਾ ਨਾਉ, ਵੀ ਨਾਨਕ ਨੂੰ ਕਿ ਸਤਿਪੁਰਖ ਦਾ ਪਤਾ ਨਹੀਂ ਸੀਗਾ, ਸਭ ਕੁਛ ਜਾਣਦੇ ਨੇ ਫਿਰ ਉਹ ਗੁਰੂ ਕਹੀ ਜਾਂਦੇ ਨੇ। ਆਹ ਹਰਿਮੰਦਰ ਹੈਗਾ, ਹਰਿਮੰਦਰ ਦਾ ਜਿਹੜਾ ਪੁਜਾਰੀ ਹੈਗਾ ਅੰਤਰ ਸਤਿਗੁਰੂ, ਉਹ ਸਤਿਗੁਰੂ ਹੈਗਾ, ਉਹ ਗੁਰੂ ਨਹੀਂ ਹੈਗਾ। ਗੁਰੂ ਹੁੰਦਾ ਮਾਤਾ ਪਿਤਾ ਤੇ ਬ੍ਰਾਹਮਣ ਪੰਡਿਤ ਜਿਹੜੇ ਕਿ ਤੁਹਾਨੂੰ ਦਮਿਆਵੀ ਸਿਕਸ਼ਾ ਦਿੰਦੇ ਨੇ, ਮੋਰਲ। ਜਿਹੜਾ ਰੂਹਾਨੀ ਦੇਵੇ ਸਿਕਸ਼ਾ ਉਹ ਮਨ ਨੂੰ ਦਿੰਦਾ ਹੈਗਾ, ਉਹ ਹੁੰਦਾ ਸਤਿਗੁਰੂ ਮਨ ਦਾ। ਮਨ ਵੇਚੀਏ ਸਤਿਗੁਰੂ ਕੋਲ। ਜਿਹੜਾ ਸਤਿਗੁਰੂ ਹੈ ਉਹ ਅੰਦਰ ਇੱਥੇ ਹੈਗਾ, ਅੰਤਰ ਸਤਿਗੁਰੂ ਰਾਜੀਏ ਜੀਵਾ ਜਪੇ ਨਾਮ। ਤੇ ਭਗਤ ਕਬੀਰ ਜੀ ਨੇ ਸਾਫ ਕਿਹਾ, ਬ੍ਰਹਮ ਨਾ ਗੁਰੂ ਜਗਤ ਕਾ ਭਗਤਨ ਕਾ ਨਾਹੀ। ਇਹ ਜਿਹੜੇ ਮੋਰਲ ਟੀਚਰ ਹੁੰਦੇ ਨੇ ਇਹ ਭਗਤਾਂ ਦੇ ਨਹੀਂ ਹੁੰਦੇ, ਭਗਤਾਂ ਦੇ ਕੋਈ ਸਤਿਗੁਰੂ ਹੁੰਦਾ ਅੰਦਰ, ਉਹ ਗੁਰੂ ਹੈਗਾ, ਉਹ ਸਤਿਗੁਰੂ ਦੇ ਮੁਤਾਬਿਕ ਚੱਲਦੇ ਨੇ। ਸਤਿਗੁਰ ਜਿਹੜਾ ਦੋ ਅਰਥ ਹੈਗੇ, ਸੱਤ ਤੇ ਗੁਰ। ਸੱਤ ਤਾਂ ਹੈਗਾ ਨਾ ਜਿਹੜਾ ਉਹਦਾ ਨਾਮ ਹੈਗਾ ਅਬਸੋਲਿਊਟ ਟਰੁੱਥ, ਤੇ ਗੁਰ ਹੁੰਦਾ ਢੰਗ, ਵੀ ਆਹ ਤਰੀਕ ਆਹ ਸਵਾਲ ਕੱਢਣਾ ਹੈਗਾ ਤਾਂ ਗੁਰ ਕੀ ਹੈਗਾ, ਫਾਰਮੂਲਾ ਕੀ ਹੈਗਾ, ਉਹ ਹੈਗਾ ਲੋਜੀਕਲ ਰੀਜਨਿੰਗ। ਲੋਜੀਕਲ ਰੀਜਨਿੰਗ ਦੀ ਜਿਹੜੀ ਐਂਡ ਪ੍ਰੋਡਕਟ ਹੈਗੀ ਉਹਨੂੰ ਕਹਿੰਦੇ ਲੋਗੋ। ਲੋਗੋ ਉਹਦਾ ਨਾਮ ਹੈਗਾ, ਉਹਦਾ ਨਾਮ ਉਹਦਾ ਚਿਹਰਾ ਹੈਗਾ, ਉਹਦੇ ਦਰਸ਼ਨ ਹੋ ਜਾਂਦੇ ਨੇ। ਤੇ ਇਹ ਜਿਹੜਾ ਕਲਯੁਗ ਦਾ ਅਖੀਰ ਹੈਗਾ, ਇਹ ਖੱਤਰੀਆਂ ਦਾ ਹੈਗਾ ਕਲਯੁਗ, ਤ੍ਰੇਤਾ ਯੁੱਗ ਖੱਤਰੀਆਂ ਦਾ ਸੀਗਾ। ਰਾਮ ਚੰਦਰ ਜੀ ਖੱਤਰੀ ਸੀ, ਉਦੋਂ ਇਹ ਦੇਵਤਾ ਸੀਗੇ, ਪਰ ਇਹ ਮਰਿਆਦਾ ਦਾ ਪਾਲਣ ਕਰਦੇ ਸੀ ਬਿਲਕੁਲ ਬਰਾਬਰ, ਯਾਨੀ ਕਿ ਇਹ ਪਖੰਡੀ ਸਨ। ਜਿਹੜਾ ਮਰਿਆਦਾ ਦਾ ਪਾਲਣ ਕਰਨਾ ਬਗੈਰ ਸੋਚੇ ਸਮਝੇ ਦੇ ਉਹ ਪਖੰਡੀ ਹੁੰਦਾ ਹੈਗਾ। ਤੇ ਕਲਯੁਗ ਇਹ ਆਪਣਾ ਵਿਆਖਿਆ ਬਦਲ ਦਿੰਦੇ ਨੇ, ਇਹ ਉਹੀ ਜਿਹੜਾ ਨੌਲੇਜ ਇਹਨਾਂ ਕੋਲ ਹੁੰਦਾ ਹੈਗਾ ਵੇਦਾਂ ਦਾ ਤਾਂ ਹੋਰ ਆਉਂਦਾ, ਉਹ ਤੇ ਜੰਮਣ ਖਤਰਾਲੀਆਂ ਕੋਈ ਕੋਈ ਬੰਬ ਨਹੀਂ ਆ, ਇਹ ਇੰਨੇ ਵੇਦਾਂ ਦੇ ਮਾਹਰ ਹੈਗੇ ਨੇ। ਇਹ ਫਿਰ ਉਲਟਾ ਲਾਉਂਦੇ ਨੇ ਉਸੇ ਗਿਆਨ ਨੂੰ। ਇਸੇ ਕਰਕੇ ਸਤਿਗੁਰੂ ਨਾਨਕ ਦੇਵ ਜੀ ਦੇ ਜਿਹੜੇ ਕਾਮੇ ਸਨ, ਸਿੱਖ ਸਨ ਜਿਹੜੇ ਕਿ ਸਟੂਡੈਂਟ ਸ਼ਿਸ਼ ਤਾਲਮੇ ਦੀਮ, ਸਾਰਿਆਂ ਨੂੰ ਘੱਟ ਖੱਤਰੀ ਸੀਗੇ, ਕਿ ਉਹ ਖੱਤਰੀਆਂ ਨੂੰ ਕਮਾਨ ਸੀਗਾ ਕਿ ਇਸ ਸਮੇਂ ਵੇਦਾਂ ਦਾ ਸਾਨੂੰ ਇਲਮ ਹੈਗਾ, ਇਹ ਕੀ ਸਾਨੂੰ ਦੱਸੇਗਾ। ਵੇਦੋ ਮੇ ਨਾਮ ਉੱਤਮ, ਕਹਿੰਦੇ ਉੱਥੇ ਵੇਦਾਂ 'ਚ ਨਾਮ ਹੈਗਾ, ਸਾਨੂੰ ਇਹ ਨਾਨਕ ਦੀ ਜ਼ਰੂਰਤ ਨਹੀਂ ਹੈਗੀ। ਜਿਹੜੇ ਅਨਪੜ੍ਹ ਸੀਗੇ ਪਿੰਡਾਂ ਦੇ ਲੋਕ, ਉਹਨਾਂ ਨੇ ਐਪਰੀਸ਼ੀਏਟ ਕੀਤਾ ਸਤਿਗੁਰੂ ਨਾਨਕ ਦੇਵ ਜੀ ਨੂੰ, ਉਹ ਗੁਰਸਿੱਖ ਬਣੇ ਸੀਗੇ। ਇਸੇ ਤਰ੍ਹਾਂ ਜਦੋਂ ਪਹਿਲਾ ਸਤਿਗੁਰੂ ਜੀਸਸ ਹੈਗਾ, ਜਦ ਉਹ ਪੈਦਾ ਹੋਇਆ ਸੀਗਾ ਬੈਥਲਹਿਮ, ਤਾਂ ਖੁਸ਼ਖਬਰੀ ਉਹਦੇ ਹੋਣ ਦੀ, ਉਹ ਜਿਹੜੇ ਭੇਡਾਂ ਬੱਕਰੀਆਂ ਚਾਰਦੇ ਸੀ ਸ਼ੈਫਰਡ ਅਤੇ ਫਾਰਮਰ, ਉਹਨਾਂ ਨੂੰ ਦਿੱਤੀ ਸੀਗੀ ਵੀ ਉਹ ਪੈਦਾ ਹੋਇਆਗਾ। ਉੱਥੇ ਟੈਂਪਲ ਦੇ ਜਿਹੜੇ ਸੀਗੇ ਪੜ੍ਹੇ ਲਿਖੇ, ਜਿਹੜੇ ਯੂਨੀਵਰਸਿਟੀ ਸੀਗੀ ਜਰੂਰਤ ਦੀ, ਉਹਨਾਂ ਨੂੰ ਨਹੀਂ ਦਿੱਤੀ, ਉਹ ਤਾਂ ਉਹਦੇ ਦੁਸ਼ਮਣ ਸੀਗੇ ਇੱਕ ਨੰਬਰ ਦੇ। ਕਿਉਂ, ਜਿਹੜੀ ਪੜ੍ਹਾਈ ਕਰਦੇ ਆ ਤੁਸੀਂ ਕਾਲਜ 'ਚ ਪੜ੍ਹਦੇ ਜਾਂ ਹੋਰ, ਇਹਨੂੰ ਕਹਿੰਦੇ ਨੇ ਓਲਡ ਵਾਈਨ। ਜਦੋਂ ਤੁਸੀਂ ਇਹ ਸ਼ਰਾਬ ਓਲਡ ਵਾਈਨ ਪੀ ਲਓ ਚੰਗੀ ਤਰ੍ਹਾਂ, ਤਾਂ ਤੁਹਾਨੂੰ ਨਵੀਂ ਵਾਈਨ ਦੀ ਡਿਜ਼ਾਇਰ ਨਹੀਂ ਰਹਿੰਦੀ। ਨਵੀਂ ਵਾਈਨ ਉਹਦੇ ਲਈ ਹੈਗੀ ਜਿਹੜਾ ਖੁਸ਼ਖਬਰੀ ਜਾਂ ਜਿਹੜਾ ਨਾਮ ਹੈਗਾ, ਜਿਹਨੇ ਪੁਰਾਣੀ ਸ਼ਰਾਬ ਨਹੀਂ ਪੀਤੀ,
ਪਿੰਡਾਂ ਦੇ ਲੋਕ ਅਨਪੜ੍ਹ ਹੈਗੇ ਨੇ, ਉਹਨਾਂ ਨੇ ਨਹੀਂ ਪੀਤੀ, ਉਹਨਾਂ ਦਾ ਦਿਲ ਜਿਹੜੇ ਹੈਗੇ ਨਾ ਉਹ ਰੱਬ ਵੱਲ ਹੈਗੇ ਨੇ। ਰੱਬ ਅੱਜ ਮੀਂਹ ਵਸਾ ਦੇ, ਅੱਜ ਹਵਾ ਚਲਾ ਦੇ, ਅੱਜ ਆਹ ਕਰਦੇ ਉਹ ਕਰਦੇ, ਹਮੇਸ਼ਾ ਰੱਬ ਨੂੰ ਯਾਦ ਕਰਦੇ ਨੇ। ਜਿਹੜੇ ਸ਼ਹਿਰ ਦੇ ਲੋਕ ਹੈਗੇ ਨੇ ਹਮੇਸ਼ਾ ਪੈਸੇ ਨੂੰ, ਅੱਜ ਕੌਣ ਆਏਗਾ, ਕਿਹਨੂੰ ਲੁੱਟਾਂਗੇ, ਕਿਹਦੇ ਇਨਕਮ ਬਣੇਗੀ, ਲੁੱਟਣ ਦੀ ਉਹ ਕਰਦੇ ਨੇ। ਉਹਨਾਂ ਕੋਲ ਨਾਮ ਹੈ ਨਹੀਂ ਗਾ, ਉਹਨਾਂ ਕੋਲ ਉਹ ਨਾਮ ਨਹੀਂ ਪਾ ਸਕਦੇ, ਨਾਮ ਪਾਉਂਦੇ ਪਿੰਡਾਂ ਦੇ ਲੋਕ। ਤੇ ਇਹ ਜਿਹੜੇ ਹੈਗੇ ਪੜ੍ਹੇ ਲਿਖੇ ਹੈਗੇ ਨੇ ਜਿਹੜੇ ਇਹ ਪਿੰਡਾਂ ਦੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ। ਬਹੁਤ ਸੋਹਣਾ ਲਿਖਿਆ, ਸਤਿਪੁਰਖ ਜਿਨ ਜਾਣਿਆ ਸਤਿਗੁਰੂ ਤਿਸ ਕਾ ਨਾਉ, ਤੇ ਮੈਂ ਸਤਿਗੁਰੂ ਨਾਨ, ਸਤਿਗੁਰੂ ਹੈਗਾ ਰਜਿੰਦਰ, ਇਹਨੂੰ ਸਤਿਗੁਰੂ ਨੂੰ ਕ੍ਰਾਈਸਟ ਕਹੀਦਾ ਅੰਗਰੇਜ਼ੀ ਵਿੱਚ, ਕ੍ਰਾਈਸਟ ਰਜਿੰਦਰ। ਤੇ ਮੈਂ ਜਿਹੜਾ ਬੋਲਦਾ ਹੈਗਾ ਮੈਨੂੰ ਕਿਤਾਬਾਂ ਦੀ ਲੋੜ ਨਹੀਂ ਹੈਗੀ, ਮੈਂ ਗੁਰ ਨਾਲ ਬੋਲਦਾ, ਗੁਰ ਹੁੰਦਾ ਲੌਜਿਕ ਰੀਜ਼ਨਿੰਗ, ਜਦੋਂ ਗੁਰ ਨਾਲ ਬੋਲੇ ਉਹ ਹੁੰਦਾ ਗੁਰਮੁਖ। ਗੁਰਮੁਖ ਜਿਹੜਾ ਹੈਗਾ ਉਹ ਬਾਣੀ ਉਚਾਰਦਾ ਹੈਗਾ, ਉਹਦੇ ਮੂੰਹ ਚੋਂ ਜਿਹੜੀ ਨਿਕਲਦੀ ਉਹ ਬਾਣੀ ਨਿਕਲਦੀ ਹੈਗੀ। ਜਿੱਦਾਂ ਹੈਗਾ ਵੀ 1984 'ਚ ਜਾਂ 1947 'ਚ ਸਿੱਖ, ਮੁਸਲਮਾਨ, ਹਿੰਦੂ ਅਤੇ ਸਾਰੇ ਜਿਹੜੇ ਇਹ ਮਜ਼ਹਬੀ ਰੂਪ ਹੈਗੇ ਨੇ, ਮਜ਼ਹਬੀ ਰੂਪ ਦਿਲ ਦੇ। ਸਿੱਖ ਨੂੰ ਮੁਸਲਮਾਨ ਪਤਾ ਲੱਗਦਾ ਜਦੋਂ ਬੋਲੇ ਬੋਲਦਾ ਹੈਗਾ ਵੀ ਇਹਨੇ ਕੁਛ ਸਿੱਖਿਆ ਕਿ ਨਹੀਂ, ਇਹਨੂੰ ਕਹਿੰਦੇ ਨਾਦੀ ਰੂਪ, ਆਵਾਜ਼ ਤੋਂ ਪਤਾ ਲੱਗਦਾ ਨਾਦੀ ਰੂਪ। ਇਹ ਨਾ ਪੈਦਾ ਹੁੰਦਾ ਅਤੇ ਨਾ ਮਰਦਾ ਹੈਗਾ, ਪੈਦਾ ਹੁੰਦਾ ਬਿੰਦੀ ਰੂਪ, ਮੇਰੀ ਬਿੰਦ ਜਿਹੜੀ ਹੈਗੀ, ਬਿੰਦ ਨੂੰ ਤੁਖਮ ਚਾਹੀਦਾ, ਤੁਖਮ ਜੱਟ, ਮੈਂ ਜੱਟ ਦਾ ਪੁੱਤਰ ਹੈਗਾ, ਜੱਟ ਦੀ ਸੱਟ, ਜੱਟ ਤਰਖਾਣ, ਲੁਹਾਰ, ਚੂੜੇ ਛਬਾਰ, ਜੱਟ ਇਹ ਪੈਦਾ ਹੋਏ ਨੇ, ਇਹੋ ਹੀ ਮਰਨਗੇ। ਸਿੱਖ ਨਹੀਂ ਮਰਦਾ ਕੋਈ ਵੀ, ਇਹ ਸਾਰਾ ਮੁਕਾਬਲਾ ਇਹਨਾਂ ਖਤਕਿਆਂ ਨੇ ਪਾਇਆ ਹੋਇਆ ਗਾ, ਲਾਲਿਆਂ ਨੇ। ਅਤੇ ਜਦੋਂ ਸਾਡਾ ਚੌਧਰੀ ਛੋਟੂ ਰਾਮ ਜਿੰਦਾ ਸੀਗਾ, ਉਹਨੇ ਸਾਫ਼ ਕਹਿੰਦਾ ਸੀਗਾ ਵੀ ਜਿਹੜਾ ਮਜ਼ਹਬ ਹੈਗਾ ਇੱਕ ਕਮੀਜ਼ ਹੈਗੀ, ਇਹਨੂੰ ਤੁਸੀਂ ਚਾਰ ਵਾਰੀ ਬਦਲ ਲਓ ਪਰ ਆਹ ਜਿਸਮ ਨਹੀਂ ਬਦਲਦਾ। ਠੀਕ ਹੈ, ਤੁਸੀਂ ਜੱਟ ਹੈਗੇ, ਸਾਡੀ ਕੌਮ ਜੱਟ ਹੈਗੀ, ਜੇ ਅਸੀਂ ਕਹਿ ਦਈਏ ਮੇਰੀ ਕੌਮ ਸਿੱਖ ਜੱਟ ਹੈਗੀ ਜਾਂ ਹਿੰਦੂ ਜੱਟ ਜਾਂ ਮੁਸਲਮਾਨ ਜੱਟ ਹੈਗੀ ਤਾਂ ਉਹ ਕੌਮਾਂ ਨਹੀਂ ਹੈਗੀਆਂ, ਉਹਦੇ ਨਾਲ ਤੁਸੀਂ ਆਪਣੇ ਵੱਡੇ ਵਡੇਰਿਆਂ ਨਾਲ ਤੁਲਕ ਨਹੀਂ ਕਰ ਸਕਦੇ, ਉਹਦੇ ਨਾਲ ਜੱਟ ਕੌਮ ਵਿੱਚ ਤਫਰਕਾ ਪੈ ਗਿਆ, ਉਹ ਖੱਤਰੀਆਂ ਨੇ ਪਾਇਆ ਸੀਗਾ, ਲਾਲਿਆਂ ਨੇ, ਲਾਲਾ ਤਾਰਾ ਸਿੰਘ ਮਲਹੋਤਰਾ ਖੱਤਰੀ, ਜਿਹੜਾ ਕਿ ਜਿਵੇਂ ਸਿੱਖਾਂ ਨੂੰ ਰਿਪ੍ਰਜੈਂਟ ਕਰਦਾ, ਬਾਰਾਂ ਵਾਲੇ ਸਿੱਖਾਂ ਨੂੰ, ਜਿਹੜੇ ਅਪੀਅਰੈਂਸ ਨੂੰ ਸਿੱਖਿਆ ਕੁਛ ਵੀ ਨਹੀਂ ਹੁੰਦਾ ਉਹਨਾਂ ਨੇ, ਲਾਲਾ ਮੁਹੰਮਦ ਅਲੀ ਜਿਨਾ ਬਬਲਾ ਭਾਟੀਆ, ਉਹ ਕਹਿੰਦਾ ਮੈਂ ਮੁਹੰਮਦ ਨੂੰ ਕਰਦਾ ਹਾਂ, ਅਤੇ ਲਾਲਾ ਗਾਂਧੀ ਬਾਣੀਆਂ, ਉਹ ਕਹਿੰਦਾ ਮੈਂ ਹਿੰਦੂਆਂ ਨੂੰ ਕਰਦਾ ਹੈਗਾ, ਉਹਦੇ 'ਤੇ ਸਿਰ 'ਤੇ ਵੰਡ ਪਾ ਕੇ ਰੱਖ ਦਿੱਤੀ, ਜਿਹੜਾ ਕਿ ਚੌਧਰੀ ਛੋਟੂ ਰਾਮ ਸਾਨੂੰ ਇਕੱਠੇ ਕੀਤਾ ਹੋਇਆ ਸੀ, ਜਦੋਂ ਉਹ ਗੁਜ਼ਰ ਗਿਆ ਤਾਂ ਇਹਨਾਂ ਨੇ ਝਪਟ ਲਿਆ ਸਾਨੂੰ। ਅਤੇ ਮੇਰੇ ਫਾਦਰ ਹੋਰੀ ਉਦੋਂ ਅਸੀਂ ਬਿੰਡ ਘੁੰਮੀ ਹੁੰਦੀ ਸੀ ਸਾਹਿਬਾਨ, ਅਤੇ ਜੱਟਾਂ ਨੂੰ ਦੱਸਦੇ ਸੀ ਆਪਣੀ ਕੌਮ ਨਾ ਬਦਲੋ, ਤੁਹਾਡੀ ਕੌਮ ਜੱਟ ਹੈਗੀ, ਸਿੱਖ ਨਹੀਂ ਹੈਗੀ ਕੌਮ। ਉਹ ਕਈ ਵਾਰੀ ਜਿਹੜੇ ਸੀ ਨਾ ਗੁਰਦੁਆਰੇ 'ਚ ਸਿੱਖ ਕੌਮ ਦਾ ਪ੍ਰਚਾਰ ਖੂਬ ਹੁੰਦਾ ਸੀਗਾ, ਉਹ ਕਈ ਮੂਰਖ ਜਿਹੜੇ ਜੱਟ ਕਹਿੰਦੇ ਸੀ ਤੂੰ ਸਾਨੂੰ ਸਾਡੀ ਸਰਦਾਰੀ ਖੋਲਣਾ ਹੈਗਾ, ਜਿਹੜਾ ਜੱਟ ਦਾ ਤਖਲਸ ਹੈਗਾ ਚੌਧਰੀ ਹੈਗਾ, ਸਰਦਾਰ ਜਿਹੜਾ ਖਾਲਸੇ ਦਾ ਹੁੰਦਾ ਹੈਗਾ, ਅਤੇ ਹੋਰ ਇਹਦਾ ਉਲਟ ਪੜ ਕੇ ਉਹਨਾਂ ਦੇ ਬਰਖਿਲਾਫ਼ ਉਹ ਬੋਲਦੇ ਸੀਗੇ, ਕਿਸੇ ਨੇ ਉਹਨੂੰ ਮਾਰਿਆ ਨਹੀਂ ਹੈਗਾ ਫਾਦਰ ਨੂੰ, ਪਰ ਗੁੱਸਾ ਹੁੰਦਾ ਸੀ ਵੀ ਇਹ ਸਾਨੂੰ ਰੋਕਦਾ ਹੈਗਾ। ਜਦੋਂ ਫਿਰ ਅਸੀਂ ਉਹਦੇ ਮੇਰੇ ਫਾਦਰ ਹੁੰਦੇ ਨੀ ਉੱਥੇ ਮਾਸਟਰ ਮਿਡਗੁਰੀ, ਜਦੋਂ ਗਰਮੀ ਦੀਆਂ ਛੁੱਟੀਆਂ ਹੋਈਆਂ ਅਸੀਂ ਫਿਰ ਆਪਣਾ ਲੈ ਗਏ ਸੀਗੇ ਸਮਾਨ, ਉੱਥੇ ਪਿੰਡ ਲੈ ਗਏ ਸੀਗੇ ਥੋੜ੍ਹਾ ਜਿੰਨਾ ਕੁ ਚੱਕ ਹੁੰਦਾ ਸੀਗਾ, ਅਤੇ ਉੱਥੇ ਪਿੰਡ ਜਦੋਂ ਗਏ ਧਨੁਆਣਾ ਸੀਗਾ 91 RB ਰੱਖ ਬਰਾਂਚ, ਅਤੇ ਉੱਥੇ ਫਾਦਰ ਆਪਣੇ ਜਿਹੜਾ ਸੀਗਾ ਸਾਡਾ ਮਰਾਸੀ ਉਹਨੂੰ ਲੈ ਕੇ ਨਾਲ ਦੇ ਨਕੋਦਰੇ 'ਚ ਗਏ, ਅਤੇ ਉਹਨਾਂ ਨੂੰ ਸਮਝਾਇਆ ਕਿ ਇਸੇ ਬਾਹਰ ਜੱਟ ਹੈਗੇ ਹੈ, ਮਸਜਿਦ ਜਿਹੜਾ ਹੁੰਦਾ ਉਹ ਹੁੰਦਾ ਮੁਸਲਮਾਨ,
ਬਾਹਰ ਨਹੀਂ ਹੁੰਦਾ ਮੁਸਲਮਾਨ, ਬਸ ਸਾਡਾ ਜਵਾਨਾ ਜਿਹੜਾ ਹੈਗਾ ਸਾਡਾ ਜੱਟ ਭਰਾ ਹੈਗਾ, ਜੇ ਨਹੀਂ ਉਹ ਮਸਜਿਦ ਜਾਂਦਾ ਉਹਨੂੰ ਘਸੀਟ ਕੇ ਲੈ ਜਾਇਆ ਕਰੋ ਬਸ਼ਰਦੀ। ਤੇ ਉਹ ਜਿਹੜੇ ਸੀ ਰਾਈ ਸੀਗੇ ਚਤਰ ਚਲਾ ਕੇ ਕਹਿੰਦੇ, ਉਹ ਹੱਸਦੇ ਸੀਗੇ ਵੀ ਇਹ ਕੀ ਬਕਵਾਸ ਕਰੀ ਜਾਂਦਾ ਹੈਗਾ। ਤੇ ਉਹ ਫਿਰ ਰਾਈ ਸਾਡਾ ਪਿੰਡ ਸੀਗਾ ਬਾਰਡਰ ਤੇ, ਤੇ ਪਿਛਲੇ ਪਿੰਡਾਂ ਦੇ ਆ ਜਾਂਦੇ ਸੀ ਸਾਡਾ ਮਦਦ ਕਰਨ ਲਈ। ਉਹ ਜਿਹੜਾ ਮਰਾਸੀ ਸੀ ਨਾ ਨਮਕ ਹਰਾਮੀ, ਉਹ ਜਾ ਕੇ ਰਾਈਆਂ ਨੂੰ ਕਹਿੰਦਾ ਤੁਹਾਡੇ ਤੇ ਹਮਲਾ ਕਰਨ ਲਈ ਉਹਨਾਂ ਨੇ ਆਦਮੀ ਇਕੱਠੇ ਕੀਤੇ ਹੋਏ ਨੇ। ਦਰੰਗ ਦਾ ਉਹਦੇ ਜ਼ਹਿਰਦਾਰ ਸੀਗਾ, ਉਹਨੂੰ ਨਿਜ਼ਾਮਉਦੀਨ ਕਹਿੰਦੇ ਨੇ, ਉੱਥੇ ਦਾ ਜ਼ਹਿਰਦਾਰ ਸੀਗਾ। ਤੇ ਉਹ ਇੱਕ ਦਿਨ 2000 ਆਦਮੀ ਲੈ ਕੇ ਆ ਗਿਆ ਹਮਲਾ ਕਰਨ ਲਈ, ਤੇ ਸਾਡਾ ਹੁਣ ਪਾਕਿਸਤਾਨ ਬਣ ਗਿਆ ਹੈਗਾ। ਇਹ ਹੈਗੇ ਨੇ ਸਿੱਖ ਹੈਗੇ ਨੇ, ਅਸੀਂ ਮੁਸਲਮਾਨ ਹੈਗੇ ਹਾਂ। ਕੁਦਰਤੀ ਮੇਰਾ ਤਾਇਆ ਜਿਹੜਾ ਸੀ ਉਹਦਾ ਦੋਸਤ ਸੀ, ਉਹਨੇ ਇੱਕ ਮਰਾਸੀ ਨੂੰ ਘੱਲਿਆ ਜਾਂ ਤਾਏ ਨੂੰ ਬੁਲਾ ਕੇ ਪੁੱਛਾਂ ਵੀ ਕਿ ਉਹ ਆਦਮੀ ਇਕੱਠੇ ਕੀਤੇ ਹੋਏ ਨੇ। ਤੇ ਨਾਲ ਮੇਰੇ ਫਾਦਰ ਚਲੇ ਗਏ, ਦੋਨੋਂ ਜਣੇ ਚਲੇ ਗਏ। ਜਦੋਂ ਫਾਦਰ ਨੇ ਉੱਥੇ ਸਾਰਾ ਸਮਝਾਇਆ, ਤਿੰਨਾਂ ਲਾਲਿਆਂ ਦੀ ਸ਼ਰਾਬ, ਲਾਲਾ ਤਾਰਾ ਸਿੰਘ ਮਲਹੋਤਰਾ ਖੱਤਰੀ ਤੇ ਲਾਲਾ ਤਾਰਾ ਮੁਹੰਮਦ ਅਲੀ ਜਨਾਬ ਬੱਬਲਾ ਭਾਟੀਆ ਤੇ ਲਾਲਾ ਮੋਹਨਦਾਸ ਕਰਮਚੰਦ ਗਾਂਧੀ ਬਾਣੀਆਂ, ਜਦੋਂ ਤਿੰਨਾਂ ਲਾਲਿਆਂ ਦੀ ਉਹਨੂੰ ਸਮਝਾਈ ਗੱਲ, ਕਿਹਾ ਜੇ ਸਾਡੇ 'ਚ ਦੁਸ਼ਮਣੀ ਨਾ ਤੁਹਾਡੇ 'ਚ ਜੱਟਾਂ ਅਤੇ ਹਰਾਈਆਂ 'ਚ ਬੜਾ ਸੋਹਣਾ ਮੌਕਾ ਆਪਾਂ ਕੱਢ ਲਈਏ। ਕਹਿੰਦਾ ਇਸ ਤਰ੍ਹਾਂ ਸਾਡੇ 'ਚ ਕੋਈ ਦੁਸ਼ਮਣੀ ਨਹੀਂ, ਇਸ ਤਰ੍ਹਾਂ ਦੋਸਤ ਹੈਗੇ ਆ। ਜਦੋਂ ਉੱਥੇ ਗਏ ਸੀ ਨਾ ਫਾਦਰ 'ਤੇ, ਉਹ ਮੰਜੇ 'ਤੇ ਬੈਠਾ ਸੀ ਅਤੇ ਫਾਦਰ 'ਤੇ ਉਹ ਵੀ ਮੰਜੇ 'ਚ ਬਹਿ ਗਿਆ ਤਾਇਆ ਵੀ। ਉਹਨੇ ਗੁੱਸਾ ਕੀਤਾ ਵੀ ਇਹਨਾਂ ਭੁੱਲੇ ਬਹਿਣਾ ਚਾਹੀਦਾ ਸੀਗਾ, ਨਫ਼ਰਤ ਸੀ ਉਹਦੇ ਦਿਲ 'ਚ। ਜਦੋਂ ਉਹਨੂੰ ਸਮਝਾਇਆ, ਇੰਨਾ ਉਹਦੇ 'ਚ ਪਿਆਰ ਹੋ ਗਿਆ, 2000 ਨੂੰ ਕਹਿੰਦਾ ਕਿ ਇਹ ਸਾਡੇ ਮਹਿਮਾਨ ਹੈਗੇ। ਪ੍ਰੇਮ ਆ, ਪ੍ਰੇਮ ਹੁੰਦਾ ਜਿਹੜਾ ਰੂਹ ਦਾ ਪ੍ਰੇਮੀ ਹੁੰਦਾ ਹੈ। ਇੰਨਾ ਪ੍ਰੇਮ ਹੋ ਗਿਆ ਕਿ ਕਹਿੰਦਾ ਇਹ ਸਾਡੇ ਮਹਿਮਾਨ ਹੈਗੇ, ਖਬਰਦਾਰ ਇਹਨਾਂ ਨੂੰ ਕੋਈ ਨੁਕਸਾਨ ਪਹੁੰਚਾਇਆ, ਆਏ ਸੀ ਸਾਨੂੰ ਮਾਰਨ ਨਫ਼ਰਤ ਨਾਲ, ਅਤੇ ਬਣ ਗਏ ਇੱਕ ਨੰਬਰ ਦੇ ਦੋਸ਼। ਇਹਨੂੰ ਕਹਿੰਦੇ ਨਾਮ। ਜਿੱਥੇ ਨਾਮ ਹੋਏਗਾ ਉੱਥੇ ਕੂੜ ਦਾ ਪਹਾੜ ਰੁੱਕ ਜਾਏਗਾ। ਉਹ ਕੂੜ ਦਾ ਪਹਾੜ ਰੁੱਕ ਲੈ ਕੇ ਆਏ ਸੀ 2000 ਇੱਕ ਤਿਨਕੇ ਨੇ ਨਾਮ ਦੇ ਨੇ ਰੋਕ ਲਿਆ ਉਹਨੂੰ, ਅਤੇ ਉਹਨੂੰ ਇੱਕ ਦੋਸਤ ਬਣਾਇਆ, ਪਨਾਹ ਕਰ ਦਿੱਤਾ ਉਹ। ਅਤੇ ਉਹਨਾਂ ਰਾਈਆਂ ਨੇ ਸਾਡੀ ਬਹੁਤ ਮਦਦ ਕੀਤੀ ਫਿਰ, ਯਾਨੀ ਕਿ ਇੱਥੇ ਫਾਦਰ ਨੂੰ ਕਹਿੰਦਾ ਲੈਦਾ ਚਲੋ ਲਾਹੌਰ ਚੱਲੀਏ ਜਾਂ ਆਪਾਂ ਤਬਾਦਲਾ ਰੁਕਾਈਏ। ਫਾਦਰ ਕਹਿੰਦੇ ਟੂ ਲੇਟ ਹੈਗਾ, ਇਹ ਨਹੀਂ ਰੁਕਣ ਵਾਲਾ। ਇਹ ਹੈਗਾ ਨਾਮ। ਜੇ ਤੁਸੀਂ ਆਪਣੇ ਪਿਓ ਦੇ ਬਣਦੇ ਆ, ਜੱਟ ਪਿਓ ਦੇ, ਜੱਟ ਪਿਓ ਦਾ ਹੱਥ ਉੱਪਰ ਹੁੰਦਾ ਹੈਗਾ, ਉਹ ਤੁਹਾਡੀ ਰਾਖੀ ਰੱਖਦਾ ਹੈਗਾ। ਇਹ ਹੈਗਾ ਕਬੀਲਾ, ਇਹਨੂੰ ਕਹਿੰਦੇ ਨੇ ਇੱਲਾ। ਜਿਹੜਾ ਅੱਲਾ ਹੈਗਾ, ਅਲ ਇੱਲਾ ਦੀ ਸਪਿਰਿਟ ਆਫ ਫਾਦਰ। ਜੇ ਆਪਣੇ ਸਪਿਰਿਟ ਆਫ ਫਾਦਰ ਦੇ ਬਣ ਜਾਓ, ਅੱਲਾ ਦੇ ਪੁੱਤਰ ਬਣ ਜਾਓ, ਉਹ ਤੁਹਾਡੀ ਕਿੰਨੀ ਕੁ ਰਾਖੀ ਰੱਖੂਗਾ। ਇਹ ਹੈਗਾ ਮਿਸਾਲ ਰਾਖੀ ਰੱਖਣ ਦਾ, ਉਹ ਅੱਲਾ ਦਾ। ਇਹ ਜਿਹੜੇ ਹੈਗੇ ਮੌਲਵੀ ਹੈਗੇ ਨਾ, ਇਹਨਾਂ ਨੂੰ ਇਹ ਨਹੀਂ ਪਤਾ ਅੱਲਾ ਨੂੰ ਅੱਲਾ ਕਿਉਂ ਕਹਿੰਦੇ ਨੇ, ਕਿਉਂ ਇਹ ਲਾ ਇੱਲਾ ਕਹਿੰਦੇ ਨੇ। ਲਾ ਇੱਲਾ ਮੈਨੇ ਇਹ ਆਪਣਾ ਕਬੀਲੇ ਦਾ ਪਿਓ ਛੱਡ ਦਿੱਤਾ। ਕਬੀਲੇ ਦਾ ਪਿਓ ਛੱਡ ਕੇ ਤਾਂ ਹਰਾਮੀ ਬਣ ਜਾਂਦਾ ਆਦਮੀ। ਇਹ ਹੈਗਾ ਹੱਜ, ਜਿਹੜਾ ਨਾ ਇਹ ਤਰੀਕਤ ਦਾ ਹੱਜ ਹੈਗਾ, ਇਹ ਦਿਲ 'ਤੇ ਕਰੀਦਾ ਹੈਗਾ। ਇਹ ਜਿਹੜਾ ਹੱਜ ਹੈਗਾ, ਜਿਹੜਾ ਹੱਜ ਕਰ ਰਹੇ ਨੇ, ਇਹ ਉਲਟਾ ਹੈਗਾ। ਇੱਥੇ 12 ਤੋਂ 16 ਸਾਲ ਦੇ ਮੁੰਡਿਆਂ ਦਾ ਵੀ ਹੱਜ ਹੁੰਦਾ ਸੀ। ਉਹ ਕਾਬੇ ਨੂੰ ਸੱਜੇ ਹੱਥ ਰੱਖ ਕੇ ਤਾਂ ਸੱਤ ਵਾਰੀ ਜਾਂਦੇ ਸੀਗੇ, ਅਤੇ ਉੱਥੇ ਜਿਹੜੀ ਮਸੀਤ ਬਣਾਈ ਹੈਗੀ, ਉਹ ਮਸੀਤ ਉਹਦੇ ਮੁਸਲਮਾਨਾਂ ਲਈ। ਬੱਚਿਆਂ ਨੂੰ ਇੱਥੇ ਦਾ ਕੱਚਾ ਇਮਾਨ ਨਹੀਂ ਉਹਨਾਂ ਕੋਲ ਹੈਗਾ। ਕਹਿੰਦੇ ਮੁਹੰਮਦ ਸਾਹਿਬ ਕਹਿ ਇਸਲਾਮਾ ਕਿ ਮੈਂ ਆਪਣਾ ਜਨਮ ਕਬੂਲ ਕੀਤਾ ਜਿੱਥੇ ਮੈਨੂੰ ਦਿੱਤਾ ਹੈਗਾ ਅੱਲਾ ਨੇ। ਇਮਾਨ ਹਾਸਰਾ ਟੈਂਕਰ ਯੋਰ ਹਾਰਟ ਹਾਰਟ ਕੇਅਰ, ਅਜੇ ਇਮਾਨ ਨਹੀਂ ਤੇਰੇ ਦਿਲ ਵਿੱਚ ਹੋਏ ਨਾ, ਕੱਚਾ ਨਾ ਪੱਕਾ। ਕੱਚਾ ਹੈਗਾ ਮੋਰਲ, ਪੱਕਾ ਹੈਗਾ ਰੂਹਾਨੀ। ਅਤੇ ਇਸ ਕਰਕੇ ਉੱਥੇ ਜਿਹੜੀ ਮਸਜਿਦ ਹੈਗੀ ਨਾ, ਉਹ ਬੱਚਿਆਂ ਨੂੰ ਅਲ ਹਰਾਮ ਹੈਗੀ, ਉੱਥੇ ਨਹੀਂ ਜਾ ਸਕਦੇ ਬੱਚੇ। ਇਸੇ ਕਰਕੇ ਉਹ ਮਸਜਿਦ ਦਾ ਨਾਮ ਹੈਗਾ ਮਸਜਿਦ ਅਲ ਹਰਾਮ। ਅਤੇ ਕੀ ਕਹਿੰਦੇ ਨੇ ਮੁੱਲਾ ਵਗੈਰਾ ਕੀ ਕਹਿੰਦੇ ਨੇ, ਅਲ ਹਰਾਮ ਦਾ ਮਤਲਬ ਅਲ ਮੁਕੱਦਸ, ਮੁਕੱਦਸ ਬਣਾਈ ਬੈਠੇ ਨੇ ਉਹਨੇ।
ਅੱਲਾਹ ਕਹਿੰਦੇ ਅੱਲਾਹ ਦੇ ਪੁੱਤਰ ਬਣੋ ਕਿ ਪਹਿਲਾਂ ਤੁਸੀਂ ਪਹਿਲਾਂ ਕੱਚੀ ਇੱਟ ਹੋਏਗੀ ਤਾਂ ਫਿਰ ਹੀ ਪੱਕੀ ਬਣੇਗੀ, ਪਹਿਲਾਂ ਇੱਲਾ ਦੇ ਬਣੋਗੇ, ਆਪਣੇ ਕਬੀਲੇ ਦੇ ਪੁੱਤਰ ਬਣੋਗੇ, ਜਿੱਦਾਂ ਮੈਂ ਜੱਟ ਦਾ ਪੁੱਤਰ ਹੈਗਾ, ਫਿਰ ਤੁਸੀਂ ਅੱਲਾਹ ਦੇ ਪੁੱਤਰ ਬਣਦੇ ਆ। ਬਾ ਇੱਲਾ ਬਾ ਅੱਲਾ, ਲਾ ਇੱਲਾ ਬਾ ਅਲ ਜਮਾਰ ਅਲ ਅਕਸਰ, ਸਾਰਿਆਂ ਦਾ ਵੱਡਾ ਸ਼ੈਤਾਨ। ਇਹ ਜਿਹੜੇ ਜਨੂਨੀ ਹੈਗੇ ਨੇ, ਇਹ ਫਿਰ ਉਹ ਪਹਾੜ ਦੀ ਤਰ੍ਹਾਂ ਬਣ ਜਾਂਦੇ ਨੇ। ਤੇ ਉੱਥੇ ਮਹੀਨਾ ਚ ਹੈਗੇ ਤਿੰਨ ਬਣਾਏ ਗਏ ਉੱਥੇ ਸ਼ੈਤਾਨਾਂ ਦੇ, ਇੱਕ ਹੈਗਾ ਮਸ਼ਰਕ ਵੱਲ ਜਿਹੜਾ ਜਿਹਨੂੰ ਕਹਿੰਦੇ ਅਲ ਜਮਾਰ ਅਲ ਦੁਨੀਆ, ਉਹ ਹਰਾਮੀ ਹੈਗੇ ਨੇ ਜਿਹੜੇ ਕੰਜਰੀ ਦੇ ਦਾਸੀਆਂ ਦੇ ਪੇਟ ਚ ਪੈਦਾ ਹੁੰਦੇ, ਜਿਹਨਾਂ ਦਾ ਪਿਓ ਨਹੀਂ ਹੈਗਾ, ਪਤਾ ਨਹੀਂ ਵੀ ਕੌਣ ਪਿਓ ਕਿਹੜਾ ਪਿਓ ਹੈਗਾ। ਤੇ ਅਲ ਗੁਸਤਾ ਜਿਹੜਾ ਹੈਗਾ, ਗੱਪੇ ਜਿਹੜਾ ਹੈਗਾ ਉਹ ਹੈਗਾ, ਉਹਨੂੰ ਕਹਿੰਦੇ ਅਲ ਜਮਾਰ ਅਲ ਗੁਸਤਾ ਅੰਦਰ, ਉਹ ਹੈਗੇ ਨੇ ਹਰਾਮੀ ਜਿਹੜਾ ਆਪਣੇ ਮਾਇਆ ਦੀ ਖਾਤਰ, ਪੈਸੇ ਦੀ ਖਾਤਰ ਆਪਣੀ ਕੌਮ ਬਦਲ ਲੈਂਦੇ ਨੇ। ਜਿੱਦਾਂ ਖੱਤਰੀ ਗਿਆ ਇੱਧਰੋਂ ਇੰਡੀਆ ਵਿੱਚ, ਅਰੋੜੇ ਖੱਤਰੀ ਹੋਰ ਜਿਹੜੇ ਵਪਾਰ ਕਰਦੇ ਸੀ ਅਰਬ ਲੋਕਾਂ 'ਚ ਗਿਆ, ਉਹਨਾਂ ਦੇ ਦੇਖਿਆ ਉਹਦਾ ਵੀ ਹੈਗੇ ਸਿੱਧੇ ਸਾਧੇ ਹੈਗੇ ਨੇ, ਉਹਨਾਂ ਨੂੰ ਲੁੱਟਿਆ ਅਤੇ ਅਮੀਰ ਬਣ ਗਿਆ। ਫਿਰ ਉਹਨਾਂ ਨੇ ਆਪਣੇ ਸਾਰਨੇ ਬਦਲ ਲਿਆ, ਗੋਤ ਬਦਲ ਲਿਆ, ਕਿਸੇ ਨੇ ਜਾਫਰੀ ਰੱਖ ਲਿਆ, ਕਿਸੇ ਨੇ ਅਨਸਾਰੀ ਰੱਖ ਲਿਆ, ਕਿਸੇ ਨੇ ਕੁਛ ਰੱਖ ਲਿਆ, ਅਸਲੀ ਜਿਹੜੇ ਸੀਗੇ ਉਹ ਲੁਕੋ ਕੇ ਰੱਖਦੇ ਸੀਗੇ। ਜਦੋਂ ਵਿਆਹ ਸ਼ਾਦੀ ਹੁੰਦੀ ਸੀ ਉਦੋਂ ਇੱਕ ਨੂੰ ਬੁਲਾਉਂਦੇ ਸੀਗੇ, ਹਾਥੀ ਕੇ ਦਾਂਤ ਖਾਣੇ ਕੇ ਔਰ ਦਿਖਾਣੇ ਕੇ ਔਰ। ਇਹ ਸ਼ੈਤਾਨ ਹੈਗਾ ਅਲ ਅਲ ਗੁਸਤਾ, ਫਿਰ ਜਿਹੜਾ ਮਜ਼ਹਬ ਦੇ ਨਾਂ 'ਤੇ ਭੜਕਾਉਂਦਾ ਹੈਗਾ ਉਹ ਹੈਗਾ ਅਲ ਜਮਾਰ ਅਲ ਅਕਸਾ, ਉਹ ਖੜਾ ਹੈਗਾ ਪਹਾੜੀ ਦੇ ਉੱਪਰ ਕੋਲ, ਪਹਾੜੀ ਦੇ ਝੁਕਿਆ ਹੋਇਆ ਹੈਗਾ। ਪਹਾੜੀ ਜਿਹੜੀ ਵੀ ਜਨੂਨੀਆਂ ਦੀ ਹੈਗੀ, ਜਿਹਦਾ ਮੋਰਸੀ ਸੀਗਾ ਉਹਨੇ ਉਹ ਬਣਿਆ ਸੀ ਪ੍ਰੈਜੀਡੈਂਟ ਮੁਸਲਿਮ ਬ੍ਰਦਰਹੁੱਡ ਦੇ, ਉਹ ਮੁਸਲਿਮ ਬ੍ਰਦਰਹੁੱਡ ਦੀ ਉਹ ਪਹਾੜੀ ਹੈਗੀ ਸ਼ੈਤਾਨਾਂ ਦੀ। ਅਤੇ ਇਜਿਪਟ ਦੇ ਲੋਕ ਜਿਹੜੇ ਨੇ ਇਸ਼ਮਾਇਲ ਦੇ ਪੁੱਤਰ ਹੈਗੇ ਨੇ, ਇਹ ਹਮੇਸ਼ਾ ਉਹਦੇ ਆਪਣੇ ਪਿਓ ਦੇ ਵਫ਼ਾਦਾਰ ਹੈਗੇ ਨੇ, ਇਸ਼ਮਾਇਲ ਦੇ ਆਦਮ ਦੇ ਪੁੱਤਰ ਹੈਗੇ ਨੇ। ਇਹਨਾਂ 'ਚ ਚੱਕ ਕੇ ਉਹ ਮੋਰਸੀ ਨੂੰ ਜੇਲ੍ਹ 'ਚ ਪਾਇਆ, ਜੇਲ੍ਹ 'ਚ ਮਰਿਆ। ਇਹਨਾਂ ਦੀ ਜਿਹੜੀ ਹੈਗੀ ਇਜਿਪਟ ਵਾਲਿਆਂ ਦੀ ਬਹੁਤ ਸੋਹਣੀ ਕਹਾਣੀ ਹੈਗੀ, ਇਸ਼ਮਾਇਲ ਅਤੇ ਆਇਜ਼ਕ ਦੀ। ਇਸ਼ਮਾਇਲ ਦੇ ਜਿਹੜੇ ਪੁੱਤਰ ਹੈਗੇ ਨੇ ਉਹ ਸਾਰੇ ਵਫ਼ਾਦਾਰ ਹੈਗੇ ਆਦਮ ਦੇ। ਇਹਦੇ ਕਰਕੇ ਜੀਜੇ ਜਦੋਂ ਬੱਚਾ ਸੀ ਨਾ, ਉਹ ਇੱਥੇ ਘੱਲਿਆ ਸੀ ਜਾਓ ਉੱਥੇ ਇਜਿਪਟ 'ਚ ਜਾਓ, ਇਜਿਪਟ 'ਚ ਉਹਨਾਂ ਨੇ ਰਾਖੀ ਰੱਖੀ ਉਹਦੀ, ਅਤੇ ਉੱਧਰ ਉਹ ਮਾਰਨ ਨੂੰ ਫਿਰਦੇ ਸੀਗੇ ਉਹਦੇ ਜਿੱਥੇ ਪੈਦਾ ਹੋਇਆ ਸੀ। ਅਤੇ ਉਹਨੇ ਫਿਰ ਜਿਹੜਾ ਹੈਰੋਡ ਸੀ ਉਹਨੇ 3 ਸਾਲ ਦੇ ਮੁੰਡੇ ਸਾਰੇ ਮਾਰ ਦਿੱਤੇ ਸੀਗੇ, ਅਤੇ ਬਹੁਤ ਜ਼ੁਲਮ ਕੀਤਾ ਸੀਗਾ। ਅਤੇ ਇਹ ਫਿਰ ਬਚ ਗਿਆ ਜਿਹਾ ਆ ਕੇ, ਤਾਂ ਯਾਨੀ ਕਿ ਇਸ਼ਮਾਇਲ ਦੇ ਮੁੰਡੇ ਜਿਹੜੇ ਹੈਗੇ ਨੇ ਇਹ ਹਮੇਸ਼ਾ ਵਫ਼ਾਦਾਰ ਹੈਗੇ ਨੇ ਇਬਰਾਹਿਮ ਦੇ, ਅੱਜ ਵੀ ਵਫ਼ਾਦਾਰ ਹੈਗੇ ਨੇ। ਮੋਰਸੀ ਨੂੰ ਚੱਕ ਕੇ ਮਾਰਿਆ ਜੇਲ੍ਹ 'ਚ ਸ਼ੈਤਾਨ ਨੂੰ। ਇਹ ਹੈਗਾ ਜਿਹੜਾ ਸ਼ੈਤਾਨ ਹੈਗਾ, ਇਹ ਪਹਾੜੀ ਹੈਗੀ ਜਿੱਦਾਂ ਆਇਤੁੱਲਾ ਖਮੇਨੀ ਵਗੈਰਾ ਹੈਗੇ ਨੇ, ਇਹ ਅਲ ਜਮਾਰ ਅਲ ਅਕਸਾ ਹੈਗੇ ਨੇ, ਸ਼ੈਤਾਨ ਹੈਗੇ ਨੇ। ਇਹ ਕਸ਼ਮੀਰ ਦੇ ਖੱਤਰੀ ਹੈਗੇ ਨੇ, ਖੱਤਰੀ ਰੋੜੇ ਜਾਂ ਹੋਰ ਹੈਗੇ ਨੇ, ਇੱਦਾਂ ਦੀ ਕੋਈ ਚਰਚਾ ਨਹੀਂ। ਅਤੇ ਆ ਕੇ ਬਾਹਰ ਇਹ ਬੜੇ ਆਲਮ ਸੀਗੇ ਕਸ਼ਮੀਰ ਦੇ, ਕਸ਼ਮੀਰ ਦੇ ਬ੍ਰਾਹਮਣ ਕਹਿੰਦੇ ਸੀ, ਇਹਦੇ ਗੁਰੂ ਬ੍ਰਾਹਮਣ ਹੈਗੇ ਆ। ਅਤੇ ਜਿਹੜੇ ਸੀਗੇ ਕੁਰੂਕਸ਼ੇਤਰ ਦੇ ਆਦਿ ਆਦਿ ਬ੍ਰਾਹਮਣ, ਗੋਡ ਆਦਿ ਬ੍ਰਾਹਮਣ ਕਰਾਉਂਦੇ ਸੀਗੇ। ਇਹ ਸਾਰਾ ਇਲਮ ਜਿਹੜਾ ਹੈਗਾ ਬਹੁਤ ਦਿਲਚਸਪ ਹੈਗਾ, ਉਹਨੂੰ ਹੀ ਆਏਗਾ ਜਿਹੜਾ ਆਪਣਾ ਦਿਲ ਖੋਜੇਗਾ। ਇੱਥੇ ਕਿਤਾਬਾਂ 'ਚ ਨਹੀਂ ਮਿਲਦਾ, ਕਿਤਾਬਾਂ 'ਚ ਗਲਤ ਮੁਲਤ ਹੁੰਦਾ ਹੈਗਾ, ਉਹਨੂੰ ਤੁਸੀਂ ਦਰੁਸਤ ਕਰਨਾ ਹੈਗਾ। ਕਿਤਾਬਾਂ 'ਚ ਦੁੱਧ ਹੈਗਾ, ਤੁਸੀਂ ਉਹਨੂੰ ਰਿੜ ਕੇ ਮੱਖਣ ਕੱਢਣਾ ਉਹਦੇ 'ਚ। ਇਹ ਮੇਰੀ ਹੈਗੀ ਅਰਜ਼ ਤੇ ਜਿਹੜਾ ਸਤਿਗੁਰੂ ਸੀਗਾ ਉਹ ਨਾਨਕ ਜਿਹੜਾ ਸੀ ਸਤਿਗੁਰੂ, ਸਤਿਗੁਰੂ ਨੂੰ ਅੰਗਰੇਜ਼ੀ 'ਚ ਕ੍ਰਾਈਸਟ ਕਹਿੰਦਾ ਹੈਗਾ, ਸੈਕਿੰਡ ਕਮਿੰਗ ਆਫ ਜੀਸਸ। ਅਤੇ ਇਹ ਹਰਿਮੰਦਰ ਜਿਹੜਾ ਸੀ ਪਹਿਲਾਂ ਜਰੂਜਰਮ ਹੁੰਦਾ ਸੀਗਾ, ਇਹ ਆਲੇ ਦੁਆਲੇ ਪਰਦਾ ਹੁੰਦਾ ਸੀਗਾ ਜਿਹੜਾ ਕਿ ਜੀਜ਼ ਨੇ ਪਾੜਿਆ ਸੀਗਾ ਹਿਜ ਵਰਡ ਨਾਲ। ਹੈਗਾ ਨਾ ਆਪਣੀ ਬਾਣੀ 'ਚ ਆਉਂਦਾ ਨਾ
ਨਾਮ ਮਿਲਾਵਾ ਹੋ ਗਏ, ਨਾਮ ਦੇ ਨਾਲ ਪਾੜਿਆ ਸੀ ਉਹ, ਤੇ ਲੋਕਾਂ ਨੂੰ ਕਹਿ ਦਿਓ ਤੁਸੀਂ ਸਿੱਧੇ ਪਾਰਬ੍ਰਹਮ ਨਾਲ ਗੱਲ ਕਰੋ, ਉਹਦਾ ਉਹਦੀ ਸੁਣੋ। ਜਿਹੜੇ ਮੁੰਡਾ ਵਗੈਰਾ ਸੀਗੇ ਜਾਂ ਸੀਗੇ ਪਾਦਰੀ ਵਗੈਰਾ, ਉਹਨਾਂ ਨੂੰ ਕੱਢ ਦਿੱਤਾ ਸੀ ਰਾਬਾਈ ਨੂੰ, ਪਰ ਉਹਨਾਂ ਨੇ ਫਿਰ ਬੋਚ ਲਿਆ, ਬੋਚ ਕੇ ਤਾਂ ਬਣਾ ਲਿਆ ਪੋਪ, ਬਣਾ ਲਿਆ ਪੋਪ ਦੇ ਫਿਰ ਜਿਹੜੇ ਡਾਕਟਰ ਪ੍ਰਿੰਸ ਹੈਗੇ ਉਹਦੇ ਬਣਾਉਣ ਗਏ। ਯਾਨੀ ਕਿ ਉਹਨਾਂ ਨੇ ਚੰਗੀ ਤਰ੍ਹਾਂ ਜੁਕੜ ਲਿਆ ਫਿਰ ਲੋਕਾਂ ਨੂੰ, ਤੇ ਹੁਣ ਦੇਣਾ ਹਰ ਇੱਕ ਨੇ ਆਪਣਾ ਹਿਸਾਬ ਕਿਹਾ ਇਹ ਗੋਡ ਨੂੰ ਦੇਣਾ। ਤੇ ਇੱਥੇ ਕਲਯੁਗ ਵਿੱਚ ਗੋਡ ਜਿਹੜਾ ਹੈਗਾ ਉਹਦਾ ਪੁੱਤਰ ਜਿਹੜਾ ਆਉਂਦਾ ਕ੍ਰਾਈਸਟ, ਉਹ ਤੁਹਾਨੂੰ ਸਿੱਖਿਆ ਦਿੰਦਾ ਹੈਗਾ। ਜਿਹੜੇ ਮੋਰਲ ਲਾਅ ਵਾਲੇ ਹੁੰਦੇ ਨੇ ਰਬਾਈ ਬ੍ਰਾਹਮਣ, ਤੇ ਇਹ ਹੋ ਜਾਂਦੇ ਲਾਲਚੀ ਨਿਕੰਬੇ, ਇਹ ਨਿਕੰਬੇ ਹੋ ਜਾਂਦੇ ਬਿਲਕੁਲ ਅੰਨੇ ਮਨ ਦੇ, ਆਪ ਅੰਨੇ ਹੁੰਦੇ, ਦੂਜਿਆਂ ਨੂੰ ਕਿਤਾਬ ਸੁਲਾਖਾ ਬਣਾ ਦੇਣਗੇ। ਜਿਹੜਾ ਗੁਰਦੁਆਰੇ ਦੇ ਗ੍ਰੰਥੀ ਹੈਗਾ ਉਹ ਖੁਦ ਮਨਮੁਖ ਹੈਗਾ, ਤੇ ਸੰਗਤ ਨੂੰ ਗੁਰਮੁਖ ਕਿੱਦਾਂ ਬਣਾ ਲਏਗਾ। ਇਹ ਹੈਗਾ ਜਿਹੜਾ ਗੁਰਦੁਆਰਿਆਂ ਦਾ ਹਾਲ, ਉੱਥੇ ਜਾਓ ਨਾਨਕ ਕਹਿੰਦਾ ਨਾ ਕੋਈ ਬੈਰੀ ਨਾ ਹੈ ਬਗਾਨਾ, ਉੱਥੇ ਰੱਖੀਆਂ ਕਿਰਪਾਨਾਂ ਕਿਹਦੇ ਮਾਰਨੀਆਂ ਨੇ। ਇਹ ਸਾਰਾ ਜਿਹੜਾ ਹੈਗਾ ਗਲਤ ਫਹਿਮੀ ਕੂੜ ਜਿਹੜਾ ਹੈਗਾ, ਪੈਸੇ ਦੀ ਖਾਤਰ ਲੋਕ ਬੋਲਦੇ ਨੇ। ਕਲਯੁਗ ਖੱਤਰੀਆਂ ਦਾ ਹੈਗਾ, ਖੱਤਰੀ ਜਿਹੜੇ ਕਿਹੜੇ ਟੋਪ ਦੇ ਸ਼ੈਤਾਨ ਹੈਗੇ ਨੇ, ਜਿਹੜਾ ਜੁਡਾ ਟ੍ਰਾਈਬ ਦੇ ਸੀਗੇ ਲੋਕ ਉੱਥੇ, ਜੁਡਾ ਸਕੈਰੀ ਉੱਥੇ, ਉਹ ਖੁਦ ਮਰ ਗਿਆ ਸੀ ਜਦੋਂ ਜੀਜੇ ਨੂੰ ਮਾਰਿਆ ਸੀ ਸ਼ਰਮਦਾਰ। ਤੇ ਉਹ ਜਿਹੜੇ 30 ਸਿੱਕੇ ਸੀਗੇ ਉਹ ਕਹਿੰਦਾ ਵਾਪਸ ਲੈ ਲਓ, ਇਹ ਬਲੱਡ ਮਨੀ ਬਣ ਗਈ ਉਹਨੂੰ, ਉਹਨਾਂ ਨੇ ਇਨਕਾਰ ਕਰ ਦਿੱਤਾ ਸੀ। ਉਹ ਫਿਰ ਉੱਥੇ ਬ੍ਰਹਮਾ ਦੇ ਮੰਦਰ ਵਿੱਚ ਛਿਟਿਆ ਸੀ। ਫਿਰ ਬ੍ਰਹਮਾ ਹੈਗਾ ਘੁਮਿਆਰ, ਆ ਉਹਨਾਂ ਨੇ ਪਾਊਡਰ ਸਕਰੀਨ ਖਰੀਦੀ। ਉੱਥੇ ਸਾਰੀਆਂ ਚੀਜ਼ਾਂ ਬਹੁਤ ਸੌਖੀਆਂ ਨੇ ਜੇ ਤੁਸੀਂ ਆਪਣਾ ਮਨ ਖੋਜੋਗੇ। ਇਹ ਸਾਰੀਆਂ ਮਨ ਨੂੰ ਮਿਲਦੀਆਂ ਨੇ। ਜਿਹਦਾ ਮਨ ਅੰਨਾ ਹੈਗਾ ਨਾ, ਉਹ ਕਿਤਾਬਾਂ ਪੜ੍ਹਦਾ ਹੈਗਾ ਤੇ ਕਿਤਾਬਾਂ ਦੇ ਮਗਨ ਰੱਖ ਕੇ ਜੋ ਲਿਖਿਆ ਹੋਇਆ ਉਹ ਪਟਾਕੀ ਜਾਂਦਾ ਹੈਗਾ। ਇਹ ਹੈਗਾ ਮਨ ਸੁਜਾਕੇ ਦਾ ਸਮਾਂ ਹੈਗਾ, ਮਨ ਅੰਨੇ ਜਨਮ ਗੁਆਇਆ। ਮਨ ਜੇ ਅੰਨਾ ਹੈਗਾ ਤਾਂ ਜਨਮ ਗੁਆ ਕੇ ਬਹਿ ਜਾਓਗੇ। ਮਨ ਨੂੰ ਜਗਾਓ, ਮਨ ਮਾਣਿਆ ਬਾਣੀ ਜਾਂਦਾ ਕਬੀਰ ਵਾਲੇ ਕਹਿੰਦੇ ਨਾ, ਜੇ ਮਨ ਮਾਣਿਆ ਤਾਂ ਮਨ ਮਾਣਿਆ, ਇਹਦਾ ਕੁਛ ਹੈ। ਤੇ ਇਹ ਜਿਹੜਾ ਮਨ ਜਿੰਨਾ ਚਿਰ ਮੰਨਦਾ ਨੇ ਉਹਨਾਂ ਚਿਰ ਕੱਚੀ ਬਾਣੀ ਹੈਗੀ, ਪੱਕੀ ਬਾਣੀ ਜਿਹੜੀ ਹੈਗੀ ਉਹ ਮਨ ਨੂੰ ਸਤਿਗੁਰੂ ਦਿੰਦਾ ਅੰਦਰੋਂ। ਅੰਤਰ ਸਤਿਗੁਰੂ ਰਾਜੀਏ ਜੀਵਾ ਜਪੇ ਨਾਮ। ਸਤਿਗੁਰੂ ਜਿਹੜਾ ਉਹ ਸੱਤ ਦੇ ਗੁਰ ਨਾਲ, ਗੁਰ ਹੁੰਦਾ ਤਰੀਕਾ, ਸੱਤ ਦਾ ਗੁਰ ਹੈਗਾ ਲੋਜੀਕਲ ਰੀਜਨਿੰਗ, ਉਹ ਲੋਜੀਕਲੀ ਰੀਜਨਿੰਗ ਨਾਲ ਉਹ ਨਾਮ ਉਹਦਾ ਪਾਉਂਦਾ ਹੈਗਾ। ਉਹ ਲੋਕ ਨਾਮ ਜਿਹੜਾ ਲੋਗੋ ਕਹਿੰਦੇ ਉਹਨੂੰ, ਜਿਹੜੀ ਐਂਡ ਪ੍ਰੋਡਕਟ ਆਫ ਲੋਜੀਕਲ ਰੀਜਨਿੰਗ ਉਹਨੂੰ ਲੋਗੋ ਕਹਿੰਦਾ ਹੈਗਾ। ਇਸ ਕਰਕੇ ਨਾਮ ਤੁਹਾਡੇ ਅੰਦਰੋਂ ਇੱਥੋਂ ਮਿਲਣਾ ਹੈਗਾ, ਕਿਤਾਬਾਂ ਜਿਹੜੀ ਮਿਲਣਾ। ਇਸ ਕਰਕੇ ਬੀੜ ਜਿਹੜੀ ਸੀਗੀ ਲਿਖਵਾਈ ਸਤਿਗੁਰੂ ਅਰਜਨ ਦੇਵ ਜੀ ਨੇ, ਇੱਕ ਤੰਬੂ 'ਚ ਆਪ ਬੈਠੇ ਸੀ, ਦੂਜੇ ਤੰਬੂ 'ਚ ਭਾਈ ਗੁਰਦਾਸ ਲਿਖਦਾ ਸੀਗਾ। ਅਤੇ ਹਰ ਇੱਕ ਭਗਤ, ਹਰ ਇੱਕ ਜਿਹੜਾ ਭਗਤ ਸੀਗਾ ਅਤੇ ਸਤਿਗੁਰੂ ਸੀਗੇ ਨਾ, ਉਹ ਆਪ ਆ ਕੇ ਬਾਣੀ ਲਿਖਾਉਂਦੇ ਹੁੰਦੇ ਸੀਗੇ। ਅਤੇ ਭਾਈ ਗੁਰਦਾਸ ਕਹਿੰਦੇ ਤੁਹਾਡੇ ਤੰਬੂ 'ਚ ਹੋਰਾਂ ਦੀ ਆਵਾਜ਼ਾਂ ਹੁੰਦੀਆਂ ਨੇ, ਉਹ ਕਹਿੰਦੇ ਵੀ ਜਿਹੜਾ ਆਪੇ ਆ ਕੇ ਲਿਖਾਉਂਦੇ ਨੇ ਤੈਨੂੰ। ਇਹ ਬੜੀ ਧੁਰਤੀ ਬਾਣੀ, ਉਹ ਫਿਰ ਉਹਨਾਂ ਨੇ ਹਰ ਇੱਕ ਸਫ਼ੇ 'ਚ ਆਪਣੀ ਲਿਖ ਦਿੰਦੇ, ਮੋਹਰ ਲਾ ਦਿੰਦੇ ਸੀ, ਧਿਆਨ ਲਿਖ ਦਿੰਦੇ ਸੀ। ਉਹ ਜਿਹੜੇ ਸੀ ਵਰ ਕੇ ਉਹ ਸਿੱਖਾਂ ਨੂੰ ਫੜਾਏ ਸੀ, ਜਾਓ ਇਹਦੀ ਜਿੱਦ ਬਣਾ ਲਿਆ। ਜਾਂਦਿਆਂ ਜਾਂਦਿਆਂ ਉਤਾਰਾ ਕਰ ਲਿਆ ਤਾਂ ਦੋ ਪੇਸ਼ ਕਰ ਦਿੱਤੀਆਂ, ਆਹ ਜੀ ਤੁਹਾਡੀ ਜਿਹੜੀ ਅਸਲੀ ਹੈਗੀ, ਆਹ ਅਸੀਂ ਨਕਲ ਕੀਤੀ ਹੈਗੀ। ਉਹ ਨਕਲ ਜਿਹੜੀ ਕੀਤੀ ਸੀ ਉਹ ਧੁਰਤੀ ਬਾਣੀ ਨਹੀਂ ਸੀ, ਉਹ ਆਦਮੀ ਦੀ ਲਿਖੀ ਹੋਈ ਸੀਗੀ। ਉਹ ਆਦਮੀ ਜਿਹੜੀ ਲਿਖੀ ਹੋਏ ਉਹਨੂੰ ਕਹਿੰਦਾ ਸਕ੍ਰਿਪਚਰ, ਸਕ੍ਰਿਪਚਰ ਦੁੱਧ। ਉਹ ਜਿਹੜਾ ਸੀਗਾ ਅਸਲ ਬੀੜ ਸੀਗਾ ਉਹ ਮੱਖਣ ਸੀਗਾ, ਅਤੇ ਉਹਨੂੰ ਕਿਹਾ ਸੀ ਜਿਹੜਾ ਸਕ੍ਰਿਪਚਰ ਹੈਗੀ ਇਹਨੂੰ ਮਨ ਦੇ ਅੰਨੇ ਪੜਨਗੇ। ਧੋਤੀ ਬਾਣੀ ਧੋਵਾਂ ਮਿਲਦੀ ਹੈਗੀ ਪਾਰਬ੍ਰਹਮ ਤੋਂ, ਜੇ ਤੁਸੀਂ ਗੁਰ ਨਾਲ ਬੋਲੋਗੇ, ਲੋਜੀਕਲੀ ਬੋਲੋਗੇ, ਤੁਹਾਨੂੰ ਧੋਤੀ ਬਾਣੀ ਮਿਲੇਗੀ। ਜੇ ਤੁਸੀਂ ਲਿਖਿਆ ਕਿਤਾਬਾਂ 'ਚ ਆਹ ਲਿਖਿਆ ਉਹ ਲਿਖਿਆ,
ਤਾਂ ਤੁਸੀਂ ਉਹ ਕੱਚੀ ਬਾਣੀ ਪੜ੍ਹਦੇ ਕੱਚੇ ਹੀ ਤੁਸੀਂ ਫਿਰ ਬੋਲਦੇ ਹੈਗੇ ਆ। ਸਤਿਗੁਰੂ ਨਾਨਕ ਨੂੰ ਫਿਰ ਗੁਰੂ ਕਹੀ ਜਾਂਦੇ ਆ। ਗੁਰੂ ਨਾਨਕ ਗੁਰੂ ਹੁੰਦਾ ਮੋਰਲ ਟੀਚਰ, ਉਹ ਤਾਂ ਉਹਨਾਂ ਨੇ ਮਨ ਨੂੰ ਦਿੱਤੀ ਸਿੱਖਿਆ, ਉਹ ਮੋਰਲ ਟੀਚਰ ਥੋੜ੍ਹੇ ਸੀਗੇ। ਜਿਹਨੂੰ ਇਹ ਨਹੀਂ ਪਤਾ ਨਾ ਕਿ ਨਾਨਕ ਸਤਿਗੁਰੂ ਹੈਗਾ, ਉਹ ਮਨ ਦਾ ਅੰਨਾ ਹੈਗਾ। ਉਹ ਮਨ ਦੇ ਅੰਨੇ ਜਿਹੜੇ ਹੈਗੇ ਅੱਜ ਕੱਲ੍ਹ ਪ੍ਰਚਾਰ ਕਰਦੇ ਫਿਰ, ਜਿਹੜੇ ਗੁਰਦੁਆਰਿਆਂ 'ਚ ਹੋ ਰਹੇ ਸੀ। ਜੇ ਜਾਗੋ, ਜੇ ਤੁਸੀਂ ਆਪਣੀ ਮੁਕਤੀ ਕਮਾਉਣੀ ਹੈਗੀ, ਕਲਯੁੱਗ ਜਿਹੜਾ ਹੈਗਾ ਇਹ ਬਹੁਤ ਸੁਨਹਿਰੀ ਮੌਕਾ ਹੈ ਮੁਕਤੀ ਕਮਾਉਣ ਲਈ। ਜੇ ਤੁਸੀਂ ਉਹਦਾ ਨਾਮ ਬੋਲੋਗੇ, ਲੋਗੋ ਹਿਜ ਵਰਡ, ਨਾਮ ਮਿਲਾਵਾ ਹੋਵੇ, ਤਾਂ ਤੁਸੀਂ ਪਾਰਬ੍ਰਹਮ ਦੇ ਨਾਲ ਮਿਲ ਜਾਂਦੇ ਆ, ਤਦ ਉਹਦੇ ਪੁੱਤਰ ਬਣ ਜਾਂਦੇ ਤੁਸੀਂ। ਪੁੱਤਰ ਜਿੱਦਾਂ ਦਾ ਪਿਓ ਉੱਦਾਂ ਦਾ ਪੁੱਤਰ, ਅਤੇ ਨਾਲੇ ਹੱਥ ਜਿਹੜਾ ਪਾਰਬ੍ਰਹਮ ਦਾ ਤੁਹਾਡੇ ਇੱਥੇ ਸਿਰ 'ਤੇ ਹੁੰਦਾ ਹੈਗਾ, ਕਬੀਲੇ ਦੇ ਪਿਓ ਦਾ ਨਹੀਂ ਰਹਿੰਦਾ। ਕਬੀਲੇ ਦਾ ਪਿਓ ਦਾ ਹੱਥ ਇੰਨਾ ਤਾਕਤਵਰ ਨਹੀਂ ਹੈ ਜਿੰਨਾ ਕਿ ਪਾਰਬ੍ਰਹਮ ਦਾ ਤਾਕਤਵਰ ਹੈਗਾ। ਇਸ ਕਰਕੇ ਪਹਿਲਾਂ ਕਬੀਲੇ ਦੇ ਪਿਓ ਦੇ ਬਣੋ, ਫਿਰ ਆਪਣੇ ਤੁਹਾਨੂੰ ਪਾਰਬ੍ਰਹਮ ਦੇ ਪੁੱਤਰ ਬਣੋਗੇ, ਅਤੇ ਹੱਥ ਤੁਹਾਡਾ ਬਚੇ ਰਹੋਗੇ। ਅੱਗੇ ਤੁਹਾਡੀ ਮਰਜ਼ੀ, ਮੈਂ ਕਾਫ਼ੀ ਬੋਲ ਲਿਆ ਹੈਗਾ, ਅਤੇ ਬਾਕੀ ਜਿਹਨਾਂ ਨੂੰ ਮਿਲਣਾ ਹੈਗਾ ਨਾਮ, ਉਹਨੇ ਉਹਨੂੰ ਧੁਰ ਦੇ ਮਿਲ ਮੱਥੇ ਕਿਤੇ ਲਿਖਿਆ ਉਹਦੇ 'ਚ, ਉਹ ਖੁਦ ਸੋਚਦਾ ਹੈਗਾ, ਕਿਸੇ ਦੇ ਆਖੇ ਨਹੀਂ ਲੱਗਦਾ। ਪਿੰਡਾਂ ਦੇ ਲੋਕ ਜਿਹੜੇ ਹੈਗੇ ਅਨਪੜ੍ਹ ਹੈਗੇ ਨੇ, ਇਹ ਨਾਮ ਉਹਨਾਂ ਲਈ ਹੈਗਾ ਜਿਹੜੇ ਸ਼ਹਿਰ ਦੇ ਪੜ੍ਹੇ ਹੋਏ ਨਾ, ਪ੍ਰੋਫੈਸਰ ਵਗੈਰਾ ਡਿਗਰੀਆਂ ਕੀਤੀਆਂ, ਉਹਨਾਂ ਲਈ ਨਹੀਂ ਨਾਮ ਹੈਗਾ, ਉਹਦਾ ਰੂੜੇ ਹੋਏ ਹੈਗੇ ਨੇ। ਨਾਮ ਮਿਲਦਾ ਜਿਹਨਾਂ ਜਿਹਦਾ ਜਿਹੜਾ ਆ ਭਾਂਡਾ ਹੈਗਾ ਇਹ ਖਾਲੀ ਹੋਵੇ, ਨਵਾਂ ਹੋਵੇ, ਜਿਹਦਾ ਬੱਚੇ ਦਾ ਹੁੰਦਾ ਨਾ ਦਿਲ, ਉੱਦਾਂ ਦਾ ਬੱਚੇ ਦਾ ਦਿਲ ਹੋਵੇ। ਉਹ ਪਿੰਡਾਂ ਦੇ ਲੋਕ ਹੈਗੇ ਨੇ ਜਿਹਨਾਂ ਦਾ ਹੈਗਾ ਬੱਚੇ ਦਾ ਜਿਹੜਾ ਹੈਗਾ ਦਿਲ, ਚਲਾਕ ਨਹੀਂ ਹੈ, ਕੁਛ ਨਹੀਂ ਹੈਗੀ ਉਹਨਾਂ 'ਚ। ਜਿਹੜੇ ਸ਼ਹਿਰੀ ਲੋਕ ਹੈਗੇ ਉਹ ਚਤਰ ਚਲਾਕ ਹੈਗੇ ਨੇ, ਉਹਨਾਂ ਦਾ ਜਿਹੜਾ ਮਨ ਹੈਗਾ ਉਹ ਗੰਦਾ ਹੈਗਾ, ਸਾਫ਼ ਨਹੀਂ ਹੈਗਾ। ਉਹ ਪੜ੍ਹੇ ਲਿਖੇ ਕਿਤਾਬਾਂ ਨਾਲ ਪੜ੍ਹਿਆ, ਉਹਨਾਂ ਦਾ ਜਿਹੜਾ ਦਿਮਾਗ, ਆਹ ਫਲਾਨੇ ਨੇ ਆਹ ਲਿਖੀ ਕਿਤਾਬ, ਫਲਾਨੇ ਨੇ ਆਹ ਲਿਖੀ ਹੈਗੀ, ਉਹ ਫਿਰ ਉਹਨਾਂ ਵਿੱਚ ਹੀ ਰੁੱਝੇ ਰਹਿੰਦੇ ਨੇ ਵੀ ਫਲਾਨੇ ਨੇ ਜੀ ਕਰਕੇ ਜਾਂ PhD ਲੈ ਕੇ ਆ ਜਾਂਦੇ ਨੇ, ਮੈਂ ਡਾਕਟਰ ਬਣ ਗਿਆ ਜੀ, ਡਾਕਟਰੇਟ ਕਰ ਲਈ, ਮੈਂ ਇਹਦੇ 'ਚ ਆਹ ਕਰ ਲਿਆ ਜੀ, ਮੈਂ ਵੀ ਲੈਕਚਰਰ ਹੈਗਾ, ਸੀਨੀਅਰ ਲੈਕਚਰ ਮਤਲਬ ਜੀ ਆ, ਮੈਨੂੰ ਪਤਾ ਸਾਰੀਆਂ ਚੀਜ਼ਾਂ ਦਾ। ਇਸ ਕਰਕੇ ਜਿਹੜਾ ਇੱਥੇ ਹੈਗਾ ਇਹ ਉਹਦੇ ਲਈ ਹੈਗਾ ਜਿਹਦਾ ਭਾਂਡਾ ਸਾਫ਼ ਹੈਗਾ, ਰੱਬ ਦੇ ਨਾਲ ਜੁੜਿਆ ਹੋਇਆ। ਉਹ ਪਿੰਡਾਂ ਦੇ ਲੋਕ ਹੈਗੇ ਨੇ ਅਨਪੜ੍ਹ, ਉਹਨਾਂ ਲਈ ਹੈਗਾ ਨਾ, ਉਹਨਾਂ ਨੂੰ ਦੱਸੋਗੇ ਉਹ ਇਕਦਮ ਸਮਝ ਜਾਣਗੇ ਵੀ ਨਾਨਕ ਜਿਹੜਾ ਸੀ ਸਤਿਗੁਰੂ ਸੀ, ਗੁਰੂ ਨਹੀਂ ਸੀਗਾ। ਜਿਹੜਾ ਮਨ ਨੂੰ ਸਿੱਖਿਆ ਦੇਵੇ ਉਹ ਸਤਿਗੁਰੂ, ਜਿਹੜਾ ਤਨ ਨੂੰ ਦੇਵੇ ਉਹ ਗੁਰੂ। ਚਲੋ, ਜਿਹਦੇ ਮਸਤਕ ਹੈਗਾ ਉਹਨੂੰ ਮਿਲੇਗਾ, ਨਿੱਜਰ ਜੱਟ ਕੀ ਕਰੇਗਾ।